ਮੇਰਾ ਅੱਜ ਵੀਡੀਓ ਪਾਉਣ ਦਾ ਇੱਕ ਮਕਸਦ ਹੈ ਜੋ ਅਮਰਜੀਤ ਕੌਰ ਸਾਹੂ ਕਿ ਲੋਕ ਸਭਾ ਹਲਕਾ ਫਰੀਦਕੋਟ ਤੋਂ ਇਲੈਕਸ਼ਨ ਲੜ ਰਹੇ ਨੇ ਵੀਰੋ, ਉਹ ਮੇਰੀ ਵੱਡੀ ਭੈਣ ਹੈ ਤਾਂ ਮੈਨੂੰ ਵੱਡੀ ਭੈਣ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਕਿ ਪਰਮਾਤਮਾ ਇਹੋ ਜਿਹੀ ਭੈਣ ਕਿਸੇ ਨੂੰ ਨਾ ਦੇਵੇ ਸੋ ਜੋ ਆਪਣੇ ਹੀ ਭੈਣਾਂ ਭਰਾਵਾਂ ਨੂੰ ਖਾ ਜਾਂਦੀ ਹੈ। ਸੋ ਵੀਰੋ, ਇਹ ਦੋਨੇ ਹਸਬੈਂਡ ਵਾਈਫ ਬਹੁਤ ਵੱਡੇ ਠੱਗ ਨੇ, ਇਹਨਾਂ ਨੇ ਸਾਡੇ ਨਾਲ ਬਹੁਤ ਵੱਡੀ ਠੱਗੀ ਮਾਰੀ ਹੈ। ਮੈਂ ਤੁਹਾਨੂੰ ਅੱਗੇ ਵੀ ਪਹਿਲਾਂ ਵੀ ਇੱਕ ਅਸੀਂ ਵੀਡੀਓ ਪਾਈ ਸੀਗੀ, ਇਹਨਾਂ ਬਾਰੇ ਦੱਸਿਆ ਸੀ, ਪਰ ਪਤਾ ਨਹੀਂ ਪਾਰਟੀ ਕਿਉਂ ਨਹੀਂ ਸਮਝਦੀਆਂ, ਵਾਰ ਵਾਰ ਇਹਨਾਂ ਨੂੰ ਟਿਕਟਾਂ ਦੇ ਰਹੀਆਂ ਕਿ ਹੋਰ ਕੋਈ ਇਹਨਾਂ ਵਿੱਚ ਪਾਰਟੀਆਂ ਨੂੰ ਕੋਈ ਵਧੀਆ ਕੈਂਡੀਡੇਟ ਦਿਖਦਾ ਹੀ ਨਹੀਂ ਜੋ ਠੱਗਾਂ ਨੂੰ ਟਿਕਟਾਂ ਦੇ ਕੇ ਨਿਵਾਜਦੇ ਨੇ। ਸੋ ਵੀਰੋ, ਇਹਨਾਂ ਨੇ ਸਾਡੀ 2 ਕਿੱਲੇ ਜ਼ਮੀਨ ਸਾਹੋ ਪਿੰਡ ਵਿੱਚ ਵੇਚ ਕੇ ਖਾ ਗਏ ਅਤੇ 5 ਕਰੋੜ ਸਾਡਾ ਕੈਸ਼, ਅਤੇ ਅਸੀਂ ਜੋ ਇੱਧਰ ਮੇਰੇ ਹਸਬੈਂਡ 18 ਸਾਲ ਦੀ ਸਾਡੀ ਕਮਾਈ ਖਾ ਗਏ। ਤਾਂ 4 ਮਰਲੇ ਦਾ ਪਲਾਟ ਜੋ ਮੋਗਾ ਵਿਖੇ ਇਹਨਾਂ ਦੇ ਬਿਲਕੁਲ ਘਰ ਦੇ ਸਾਹਮਣੇ ਅਸੀਂ ਲਿਆ ਸੀ, ਉਹ ਵੀ ਇਹਨੇ ਅਮਰਜੀਤ ਨੇ ਭੁਪਿੰਦਰ ਦੇ ਨਾਂ ਕਰਾ ਦਿੱਤਾ, ਪਾਵਰ ਆਫ ਟਰਨਿੰਗ ਥਰੂ। ਸੋ ਵੀਰੋ, ਮੈਂ ਇਹੀ ਅਪੀਲ ਕਰਦੀ ਹਾਂ ਕਿ ਇਹੋ ਜਿਹੇ ਚੋਰਾਂ ਤੋਂ ਠੱਗਾਂ ਤੋਂ ਬਚੋ। ਵੀਰੋ, ਇਹ ਇੱਕ ਦਾਅ ਲਾਉਣ ਨੂੰ ਫਿਰਦੇ ਆ, ਇਹਨਾਂ ਨੂੰ ਇਹ ਕਿ ਸਾਡਾ ਇੱਕ ਦਾਅ ਲੱਗ ਜਾਵੇ ਅਤੇ ਅਸੀਂ ਬਸ ਮਤਲਬ ਠੱਗੀਆਂ ਚੋਰੀਆਂ ਕਰ ਲਈਏ, ਬਸ ਇਹ ਦਾਅ ਲਾਉਣ ਨੂੰ ਫਿਰਦੇ ਹਰ ਹੋਰ, ਇਹਦਾ ਕੋਈ ਮਕਸਦ ਨਹੀਂ ਹੈਗਾ। ਸੋ ਮੈਂ ਇਹੀ ਅਪੀਲ ਕਰਦੀ ਹਾਂ ਕਿ ਤੁਸੀਂ ਮਤਲਬ ਅਮਰਜੀਤ ਕੌਰ ਤੋਂ ਬਚੋ, ਇਹ ਤਾਂ ਇੱਕ ਅਮੈਰੀਕਾ ਦੀ ਗ੍ਰੀਨ ਕਾਰਡ ਹੈ ਵੀਰੋ। ਇਹਨੇ ਇਹ 2022 ਵਿੱਚ ਆਈ ਸੀ ਜਦੋਂ ਭੁਪਿੰਦਰ ਨੂੰ ਕਾਂਗਰਸ ਵਿੱਚੋਂ ਟਿਕਟ ਮਿਲੀ ਸੀ, ਤਾਂ ਭੁਪਿੰਦਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੇ ਕਰਾਰੀ ਹਾਰ ਦਿੱਤੀ ਸੀ, ਜੋ ਬਹੁਤ ਵਧੀਆ ਲੋਕਾਂ ਨੇ ਸੋਚਿਆ ਅਤੇ ਵਧੀਆ ਕੈਂਡੀਡੇਟ ਨੂੰ ਵੋਟਾਂ ਪਾਈਆਂ। ਸੋ ਵੀਰੋ, ਇਹ 2022 ਦੇ ਵਿੱਚ ਆਈ ਸੀ ਜਦੋਂ ਹਾਰ ਗਏ, ਫਿਰ ਅਮਰੀਕਾ ਆ ਗਈ ਅਤੇ ਹੁਣ ਇਹ ਫਰਵਰੀ 2024 ਵਿੱਚ ਆਈ ਹੈ। ਵੀਰੋ, ਇਹਨੇ ਤਾਂ ਹੁਣ ਵੀ ਹਾਰ ਕੇ ਅਮਰੀਕਾ ਆ ਜਾਣਾ, ਫਿਰ ਜਿਹੜੇ ਤੁਹਾਡੇ ਆ ਨਾਲ ਫਿਰਦੇ ਨੇ ਇਹਦੇ, ਫਿਰ ਇਹਨਾਂ ਦੀ ਗੱਲਬਾਤ ਕੌਣ ਸੁਣੂਗਾ, ਇਹਨੇ ਤਾਂ ਅਮਰੀਕਾ ਆ ਜਾਣਾ। ਤੁਹਾਨੂੰ ਇਹ ਸਮਝ ਨਹੀਂ ਲੱਗਦੀ, ਇਹ ਤਾਂ ਆਪ ਬਾਹਰੋਂ ਆਈ ਹੋਈ, ਤੁਸੀਂ ਦੂਜਿਆਂ ਨੂੰ ਕਹਿੰਦੇ ਬਾਹਰੋਂ, ਇਹ ਵੀ ਬਾਹਰੋਂ ਆਈ ਆ, ਇਹ ਵੀ ਅਮਰੀਕਾ ਦੀ ਗ੍ਰੀਨ ਕਾਰਡ ਆ, ਇੱਥੋਂ ਦੀ ਨਹੀਂ ਹੈਗੀ। ਇਹਨੂੰ ਪੁੱਛੋ ਕਿਵੇਂ ਆਈ ਸੀ ਅਮਰੀਕਾ, ਇਹਦਾ ਮੁੰਡਾ ਅਸੀਂ ਸੱਦਿਆ, ਇਹਨੂੰ ਅਸੀਂ ਸੱਦਿਆ। ਸੋ ਵੀਰੋ, ਮੇਰੇ ਹੱਥ ਬੰਨ੍ਹ ਕੇ ਇਹ ਅਪੀਲ ਆ ਕਿ ਅਮਰਜੀਤ ਨੂੰ ਲੋਕ ਸਭਾ ਚੋਣਾਂ 'ਚੋਂ ਬਾਹਰਲਾ ਰਸਤਾ ਦਿਖਾ ਦਿਉ ਅਤੇ ਇਹਨੂੰ ਵੋਟ ਨਾ ਪਾਓ ਅਤੇ ਕਿਸੇ ਵਧੀਆ ਕੈਂਡੀਡੇਟ ਨੂੰ ਵੋਟ ਪਾਓ, ਜੋ ਤੁਹਾਡੇ ਕੰਮ ਕਾਰ ਕਰੇ, ਜੋ ਇੱਥੇ ਰਹੇ, ਉਸ ਨੂੰ ਤੁਸੀਂ ਉਮੀਦਵਾਰ ਬਣਾਓ ਆਪਣਾ। ਸੋ ਇਹੋ ਜਿਹੇ ਲੋਕਾਂ ਤੋਂ ਬਚੋ ਜੋ ਏਡੇ ਵੱਡੇ ਠੱਗ ਨੇ, ਚੋਰ ਨੇ, ਪਤਾ ਨਹੀਂ ਪਾਰਟੀਆਂ ਨੂੰ ਵੀ ਇਹਨਾਂ ਬਾਰੇ ਦੇਖਦਾ ਨਹੀਂ, ਜੋ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦਿੰਦੇ ਨੇ। ਪਹਿਲਾਂ ਕਾਲੀਆਂ ਨੂੰ ਦਿਖਿਆ ਅਕਾਲੀ ਟਿਕਟ ਦੇ ਕੇ, ਹੁਣ ਕਾਂਗਰਸ ਵਾਲੇ ਵੀ ਅੰਨੇ ਹੋ ਗਏ ਕਿ ਜਿਨ੍ਹਾਂ ਨੇ ਇਹਨਾਂ ਬਾਰੇ ਸਰਚ ਹੀ ਨਹੀਂ ਕੀਤਾ ਗਾ ਕਿ ਇਹ ਕਿਹੋ ਜਿਹੇ ਲੋਕ ਆ। ਪਹਿਲਾਂ ਅਕਾਲੀ ਦਲ 'ਚ ਧੱਕੇ ਖਾਧੇ ਇਹਨਾਂ ਨੇ, ਤੋਤੇ ਥੱਲੇ ਲੱਗੇ ਰਹੇ, ਹੁਣ ਇਹਨਾਂ ਨੇ ਕਾਂਗਰਸ ਵਿੱਚ ਆ ਕੇ ਅਤੇ ਕਾਂਗਰਸ ਵਾਲਿਆਂ ਨੇ ਟਿਕਟ ਦਿੱਤੀ, ਕਾਂਗਰਸ ਨੂੰ ਵੀ ਹੋਰ ਕੋਈ ਬੰਦਾ ਨਹੀਂ ਲੱਭਦਾ ਹੈਗਾ। ਸੋ ਵੀਰੋ, ਮੈਂ ਇਹ ਅਪੀਲ ਕਰਦੀ ਹਾਂ ਕਿ ਇਹਨਾਂ ਨੂੰ ਬਾਹਰਲਾ ਰਸਤਾ ਦਿਖਾ ਦਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਹਨਾਂ ਨੂੰ ਵੋਟ ਨਾ ਪਾਇਓ। ਥੈਂਕ ਯੂ ਵੈਰੀ ਮੱਚ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।